ਭਾਰਤ ਨੇ ਓਲੰਪਿਕਸ ਦੇ ਵਿੱਚ ਬਹੁਤ ਫਸਵੇਂ ਮੁਕਾਬਲੇ ਦੇ ਵਿੱਚ ਸਪੇਨ ਨੂੰ ਹਰਾਇਆ ਹੈ। ਭਾਰਤੀ ਖਿਡਾਰੀਆਂ ਦੇ ਵੱਲੋਂ ਦੱਸ ਦਈਏ ਕਿ ਲਾਸਟ ਮਿੰਟ ਦੇ ਵਿੱਚ 2 ਪੈਨਲਟੀ ਕਾਰਨਰ ਮਿਲੇ ਨੇ ਸਪੇਨ ਨੂੰ, ਇਸ ਦੇ ਬਾਵਜੂਦ ਗੋਲ ਦੇ ਵਿੱਚ ਤਬਦੀਲ ਨਹੀਂ ਕਰ ਸਕੇ ਤੇ 2-1 ਨਾਲ ਭਾਰਤ ਜੇਤੂ ਰਿਹਾ ਹੈ। ਬਹੁਤ ਫਸਵਾਂ ਮੁਕਾਬਲਾ ਹੋਇਆ ਭਾਰਤ ਦਾ ਓਲੰਪਿਕਸ ਦੇ ਵਿੱਚ ਤੇ ਬ੍ਰੌਂਜ਼ ਮੈਡਲ ਜਿੱਤਿਆ ਹੈ। ਜਿਹੜੀ ਆਸ ਉਮੀਦ ਹਾਕੀ ਤੋਂ ਕੀਤੀ ਜਾ ਰਹੀ ਸੀ ਤਾਂ ਹਾਕੀ ਦੀ ਚੜ੍ਹਤ ਜਿਹੜੀ ਹੈ ਉਹ ਬਰਕਰਾਰ ਰਹੀ ਹੈ ਤੇ ਸਪੇਨ ਨੂੰ 2-1 ਦੇ ਨਾਲ ਮਾਤ ਦਿੱਤੀ ਗਈ ਹੈ। ਭਾਰਤ ਦੇ ਵੱਲੋਂ ਬਹੁਤ ਫਸਵਾਂ ਮੁਕਾਬਲਾ, ਖੇਡ ਪ੍ਰੇਮੀਆਂ ਦੇ ਲਈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਅਤੇ ਭਾਰਤ ਦੇ ਲਈ ਸੁਨਹਿਰੀ ਜੋ ਦੌਰ ਹੈ ਭਾਰਤ ਦਾ ਰਿਹਾ ਹੈ ਉਸ ਦੀ ਵਾਪਸੀ ਵੀ ਇਸ ਨੂੰ ਕਿਹਾ ਜਾ ਸਕਦਾ ਹੈ, ਕਿਉਂਕਿ ਟੋਕੀਓ ਓਲੰਪਿਕਸ ਦੇ ਵਿੱਚ ਵੀ ਭਾਰਤ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀ ਤੇ ਹੁਣ ਦੁਬਾਰਾ ਤੋਂ ਭਾਰਤ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ ਹਾਕੀ ਦੇ ਵਿੱਚ। ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਜਿਹੜੇ 10 ਖਿਡਾਰੀ ਸੀਗੇ ਇਸ ਹਾਕੀ ਟੀਮ ਦੇ ਵਿੱਚ ਤਾਂ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਦਮਖਮ ਦਿਖਾਇਆ ਤੇ ਭਾਰਤ ਜਿਹੜਾ ਇਹ ਇਸ ਓਲੰਪਿਕਸ ਦੇ ਵਿੱਚ 2-1 ਨਾਲ ਜੇਤੂ ਰਿਹਾ, ਸਪੇਨ ਨੂੰ ਹਰਾਇਆ 2-1 ਦੇ ਨਾਲ। ਬਹੁਤ ਫਸਵਾਂ ਮੁਕਾਬਲਾ, ਹਾਲਾਂਕਿ ਪਹਿਲਾ ਗੋਲ ਜਿਹੜਾ ਹੈ ਜਦੋਂ 12ਵੇਂ ਮਿੰਟ ਦੇ ਵਿੱਚ ਸਪੇਨ ਦੇ ਵੱਲੋਂ ਕੀਤਾ ਗਿਆ, ਪੈਨਲਟੀ ਸਟਰੋਕ ਦੇ ਰਾਹੀਂ ਉਹ ਗੋਲ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤ ਨੇ ਉਸ ਦਾ ਜੋ ਮੁਕਾਬਲਾ ਕੀਤਾ, ਜਿਸ ਤੋਂ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਗੋਲ ਦੇ ਵਿੱਚ ਤਬਦੀਲ ਕੀਤਾ ਗਿਆ। ਜੇਕਰ 4 ਕੁਆਟਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਜੇਕਰ ਪਹਿਲਾ ਕੁਆਟਰ ਹੈ ਤਾਂ ਉਸਦੇ ਵਿੱਚ 0-0 ਰਿਹਾ ਸਕੋਰ, ਜਿਸ ਤੋਂ ਬਾਅਦ ਸਪੇਨ ਨੇ 12ਵੇਂ ਮਿੰਟ 'ਚ ਪੈਨਲਟੀ ਸਟਰੋਕ ਰਾਹੀਂ ਪਹਿਲਾ ਗੋਲ ਕੀਤਾ ਤੇ ਭਾਰਤੀ ਟੀਮ ਨੇ ਦੂਜੇ ਕੁਆਟਰ ਦੇ ਆਖਰੀ ਮਿੰਟ 'ਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਭਾਰਤ ਤੀਸਰੇ ਕੁਆਟਰ ਦੇ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 2-1 ਨਾਲ ਅੱਗੇ ਹੋਇਆ ਤੇ ਤੀਜੇ ਕੁਆਟਰ 'ਚ 2-1 ਨਾਲ ਅੱਗੇ ਰਹੀ ਭਾਰਤੀ ਟੀਮ ਤੇ ਚੌਥੇ ਕੁਆਟਰ ਦੇ ਵਿੱਚ ਵੀ 2-1 ਦੇ ਨਾਲ ਜੇਤੂ ਰਹੀ ਹੈ ਭਾਰਤੀ ਟੀਮ। ਪੈਰਿਸ ਓਲੰਪਿਕ ਦੇ ਵਿੱਚ ਇੱਕ ਹੋਰ ਮੈਡਲ ਭਾਰਤੀ ਟੀਮ ਨੂੰ ਮਿਲਿਆ ਤੇ ਬ੍ਰੌਂਜ਼ ਮੈਡਲ ਭਾਰਤੀ ਹਾਕੀ ਟੀਮ ਨੂੰ ਮਿਲਿਆ ਹੈ। ਹਰਮਨਪ੍ਰੀਤ ਦੇ ਘਰ ਤੋਂ ਜਾਂ ਮਨਦੀਪ ਸਿੰਘ ਦੇ ਘਰ ਤੋਂ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਹੈ ਤੇ ਭਾਰਤ ਦੀ ਚੜ੍ਹਤ ਬਰਕਰਾਰ ਰਹੀ ਹੈ, ਸਪੇਨ ਨੂੰ ਹਰਾ ਕੇ ਬ੍ਰੌਂਜ਼ ਮੈਡਲ ਜਿੱਤ ਲਿਆ ਹੈ ਜਿਸ ਤਰ੍ਹਾਂ ਦੀ ਆਸ ਉਮੀਦ ਕੀਤੀ ਜਾ ਰਹੀ ਸੀ। ਬਹੁਤ ਫਸਵਾਂ ਮੁਕਾਬਲਾ, ਤਾਂ ਜਿਸ ਢੰਗ ਦੇ ਨਾਲ ਭਾਰਤ ਦੀ ਗੱਲ ਕੀਤੀ ਜਾਵੇ ਹਾਕੀ ਪ੍ਰੇਮੀਆਂ ਦੇ ਲਈ ਇਹ ਬੇਹੱਦ ਅਹਿਮ ਪਲ, ਜਦੋਂ ਇਹ ਉਮੀਦ ਜਿਤਾਈ ਜਾ ਰਹੀ ਸੀ ਭਾਰਤੀ ਹਾਕੀ ਟੀਮ ਤੋਂ, ਹਾਲਾਂਕਿ ਜਰਮਨੀ ਦੇ ਨਾਲ ਸੈਮੀਫਾਈਨਲ ਦੇ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਬ੍ਰੌਂਜ਼ ਮੈਡਲ ਦੇ ਲਈ ਸਪੇਨ ਦੇ ਨਾਲ ਭਾਰਤ ਦੇ ਖਿਡਾਰੀਆਂ ਨੇ ਬਹੁਤ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤ ਜੇਤੂ ਰਿਹਾ। ਸਪੇਨ ਨੇ ਨੂੰ 2-1 ਦੇ ਨਾਲ ਭਾਰਤ ਦੇ ਵੱਲੋਂ ਮਾਤ ਦਿੱਤੀ ਗਈ ਹੈ। ਹਾਕੀ ਦੇ ਵਿੱਚ ਭਾਰਤ ਦੀ ਚੜ੍ਹਤ ਬਰਕਰਾਰ ਰਹੀ ਹੈ, ਸਪੇਨ ਨੂੰ ਹਰਾ ਕੇ ਬ੍ਰੌਂਜ਼ ਮੈਡਲ ਜਿੱਤ ਲਿਆ ਹੈ ਤੇ ਹੁਣ ਭਾਰਤ ਦੀ ਓਲੰਪਿਕਸ ਦੇ ਵਿੱਚ ਮੈਡਲਾਂ ਦੀ ਗਿਣਤੀ 4 ਹੋ ਗਈ ਹੈ। ਜਿਸ ਢੰਗ ਦੇ ਨਾਲ ਜਿਹੜੇ ਏਅਰ ਰਾਈਫਲ ਪਿਸਟਲ ਦੇ ਵਿੱਚ ਜਿਹੜੇ ਮੁਕਾਬਲੇ ਸੀਗੇ ਉਹਨਾਂ ਦੇ ਵਿੱਚ ਭਾਰਤ ਦੇ ਵੱਲੋਂ ਪਹਿਲਾਂ 3 ਮੈਡਲ ਹਾਸਲ ਕੀਤੇ ਗਏ ਤੇ ਚੌਥਾ ਮੈਡਲ ਜਿਹੜਾ ਇਹ ਭਾਰਤ ਦੇ ਵੱਲੋਂ ਇਹ ਹਾਕੀ ਦੇ ਵਿੱਚ ਹਾਸਲ ਕੀਤਾ ਗਿਆ ਹੈ। ਤਾਂ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਬ੍ਰੌਂਜ਼ ਮੈਡਲ ਜਿਹੜਾ ਹੈ ਇਸ ਦੇ ਵਿੱਚ ਜਿੱਤ ਲਿਆ ਹੈ ਤੇ ਵੱਡੇ ਪੱਧਰ ਤੇ ਖੇਡ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਲਗਾਤਾਰ ਦੱਸ ਦਈਏ ਕਿ ਖੁਸ਼ੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ। ਜਿਸ ਢੰਗ ਦੇ ਨਾਲ ਵੱਖ ਵੱਖ ਜਿਹੜੇ ਸਾਬਕਾ ਓਲੰਪੀਅਨ ਨੇ ਜਾਂ ਜਿਹੜੇ ਖੇਡ ਪ੍ਰੇਮੀ ਨੇ ਉਹ ਵਧਾਈ ਦੇ ਰਹੇ ਨੇ ਇੱਕ ਦੂਜੇ ਨੂੰ। ਦਰਅਸਲ ਆਸ ਉਮੀਦ ਜਿਹੜੀ ਆ ਉਹ ਵੱਡੇ ਪੱਧਰ ਤੇ ਸੀ ਇਸ ਮੈਚ ਤੋਂ ਤੇ ਹੁਣ ਨੀਰਜ ਚੋਪੜਾ ਦਾ ਵੀ ਅੱਜ ਮੈਚ ਹੈ ਉਸ 'ਤੇ ਵੀ ਨਿਗਾਹਾਂ ਨੇ ਤੇ ਅੱਜ ਭਾਰਤ ਨੂੰ ਇੱਕ ਮੈਡਲ ਮਿਲ ਚੁੱਕਿਆ, ਦੂਜਾ ਮੈਡਲ ਵੀ ਮਿਲ ਸਕਦਾ ਹੈ। ਜਿਸ ਢੰਗ ਦੇ ਨਾਲ ਵਿਨੇਸ਼ ਫੋਗਾਟ ਤੋਂ ਨਿਰਾਸ਼ਾ ਦਾ ਸਾਹਮਣਾ ਭਾਰਤ ਨੂੰ ਕਰਨਾ ਪਿਆ, ਪਰ ਉਸ ਤੋਂ ਬਾਅਦ ਅੱਜ
ਭਾਰਤ ਦੀ ਜਿਹੜੀ ਟੀਮ ਹੈ ਹਾਕੀ ਦੀ, ਉਸਨੇ ਬ੍ਰੌਂਜ਼ ਮੈਡਲ ਜਿੱਤ ਲਿਆ ਹੈ ਅਤੇ ਸਪੇਨ ਨੂੰ 2-1 ਦੇ ਨਾਲ ਮਾਤ ਦਿੱਤੀ ਹੈ। ਭਾਰਤ ਬ੍ਰੌਂਜ਼ ਮੈਡਲ ਜਿੱਤ ਚੁੱਕਿਆ ਹੈ, ਵੱਡੀ ਖਬਰ ਹੈ। ਅਤੇ ਤੁਸੀਂ ਵੀ ਭਾਰਤੀ ਟੀਮ ਨੂੰ ਵਧਾਈ ਦੇ ਸਕਦੇ ਹੋ ਕਮੈਂਟਾਂ ਦੇ ਵਿੱਚ, ਭਾਰਤ ਨੇ ਇਹ ਵੱਡੀ ਜਿੱਤ ਦਰਜ ਕਰ ਲਈ ਹੈ।